ਹਾਂਜੀ ਕਿਦਾਂ ਸਾਰੇ ਸਾਰਾ ਸਤਿ ਸ਼੍ਰੀ ਅਕਾਲ ਤੇ ਵੀਡੀਓ ਸਾਰੇ ਪਾਸੇ ਪਹੁੰਚਾਇਆ ਤੁਹਾਨੂੰ ਗੱਲਾਂ ਕਰਦੇ ਆ ਜੀ ਮੋਦੀ ਸਰਕਾਰ ਦੀ ਇਹਨਾਂ ਦੇ ਬੀਜੇਪੀ ਦੇ ਆਈਟੀ ਸੈੱਲ ਦੀਆਂ ਕਰਤੂਤਾਂ ਦਿਖਾਉਂਦੇ ਆ ਇੱਕ ਇਸ ਤਰ੍ਹਾਂ ਗਾਲ੍ਹਾਂ ਕੰਨਦੇ ਇਹਨਾਂ ਦੀ ਇੱਕ ਐਪ ਸੀਗੀ ਜਿਹੜੀ ਜਸਟ ਬੀਜੇਪੀ ਦੇ ਆਈਟੀ ਸੈਲ ਕੋ ਸੀ ਤੇ ਉਹ ਦਿਖਾਉਂਦੇ ਆ ਜੀ ਤੇ ਕੱਲ ਮੈਂ ਪੱਗ ਦੀ ਗੱਲ ਕੀਤੀ ਸੀ ਅਮਰੀਕਾ ਦੀ ਸਰਕਾਰ ਨੇ ਅਮਰੀਕਾ ਦਾ ਇੱਕ ਅਦਾਰਾ ਆ ਜਿਹੜਾ ਉੱਥੇ ਉਹ ਨਹੀਂ ਮਾਫੀ ਮੰਗੀ ਆ ਨਿਊਯਾਰਕ 'ਚ ਇੱਕ ਸਿੰਘ ਸਰਦਾਰ ਜੀ ਦੀ ਪੱਗ ਲਾਤੀ ਟੈਕਸੀ ਵਾਲਿਆਂ ਦੀ ਉਹ ਵੀ ਦਿਖਾਉਣਾ ਇੱਕ ਸਾਰਿਆਂ ਨੂੰ ਮੈਂ ਸਵਾਲ ਪੁੱਛਣਾ ਮੰਨ ਲਓ ਬਾਕੀ ਗੱਲਾਂ ਬਾਅਦ ਚ ਕਰਦਾ ਮੰਨ ਲਓ ਬਹਿਦਮ ਇੰਡੀਆ ਜਾ ਨਹੀਂ ਸਕਦਾ ਮੰਨ ਲਓ ਜੇ ਮੈਂ ਇੰਡੀਆ ਜਾਵਾਂ ਇੱਕ ਮੇਰੇ ਮਨ ਚ ਸਵਾਲ ਆਇਆ ਤੁਹਾਨੂੰ ਪੁੱਛਦਾ ਤੇ ਇਹ ਸਵਾਲ ਬਾਅਦ ਚ ਪੁੱਛੂੰ ਪਹਿਲਾਂ ਤੁਹਾਨੂੰ ਦਿਖਾਉਣਾ ਕੀ ਚੱਲ ਰਿਹਾ ਦੁਨੀਆਦਾਰੀ ਚ ਇੱਕ ਮਿੰਟ ਮੈਂ ਵੀ ਸ਼ੇਅਰ ਕਰਦਾ ਤੁਸੀਂ ਵੀ ਕਰ ਦਿਓ ਤੇ ਕਿੱਦਾਂ ਇਹ ਗਾਲਾਂ ਦਿੰਦੇ ਭਾਜਪਾ ਦੇ ਆਈਟੀ ਸੈੱਲ ਵਾਲੇ ਤੁਹਾਨੂੰ ਦਿਖਾਉਣਾ ਆ ਤੇ ਇੱਕ ਗੱਲ ਤੇ ਭਰਾਵੋ ਕਈ ਬੰਦਿਆਂ ਨੂੰ ਮੈਂ ਮਿਲਦਾ ਹੁੰਨਾ ਉਹ ਕਹਿੰਦੇ ਭਰਾਵਾ ਤੂੰ ਫੋਨ 'ਚ ਤਾਂ ਸੁਣਾ ਲੱਗਦਾ ਰੀਅਲ 'ਚ ਤੂੰ ਜ਼ਿਆਦਾ ਬੁਢਾ ਲੱਗਦਾ ਉਹ ਭਰਾਵਾ ਮੈਂ ਤਾਂ ਕੋਈ ਫਿਲਟਰ ਵੀ ਨਹੀਂ ਵਰਤਦਾ ਜਿੱਦਾਂ ਦਾ ਹੈਗਾ ਧੌਲੇ ਸਾਰੇ ਆ ਗਏ ਆ ਦਾੜੀ 'ਚ ਸਿਰ 'ਚ ਹਨਾ ਪਰ ਇੱਕ ਤਾਂ ਹੁੰਦਾ ਵੀ ਇੱਥੇ ਫਿਲਟਰ ਮੈਂ ਤਾਂ ਕੋਈ ਫਿਲਟਰ ਵੀ ਨਹੀਂ ਲਾਉਣਾ ਹਨਾ ਬਾਈ ਜੀ ਤੇ ਹੁਣ ਉਮਰ ਵੀ ਅਬ ਜਨਮ ਦਿਨ ਵੀ ਆਉਣ ਵਾਲਾ ਹੋ ਚੱਲੇ 35 ਇਹ 40 ਦੇ ਹੋਰ ਕਿਹੜਾ ਸਾਨੂੰ ਜਵਾਨੀ ਚੜਦੀ ਆ ਤੇ ਆ ਜਾਓ ਸਾਨੂੰ ਦਿਖਾਉਣੇ ਪਹਿਲਾਂ ਫਿਰ ਬਾਅਦ 'ਚ ਗੱਲਾਂ ਬਾਤਾਂ ਕਰਦੇ ਆ ਸਾਰੇ ਪਾਸੇ ਸ਼ੇਅਰ ਕਰਿਓ ਜੀ ਦੇਖੋ ਆਪਣੇ ਅਮਰੀਕਾ ਚ ਨਿਊਯਾਰਕ ਦੇ 에ਰਪੋਰਟ ਤੇ ਇੱਕ ਸਰਦਾਰ ਜੀ ਦੀ ਪੱਗ ਲਾਤੀ ਇੱਕ ਗੋਰੇ ਨੇ ਤੇ ਅਮਰੀਕਾ ਦਾ ਸਰਕਾਰੀ ਅਦਾਰਾ ਦੇਖੋ ਅਮਰੀਕਾ ਦਾ ਜਿਹੜਾ ਇਹ ਲੋਗੋ ਹਨਾ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਸਟੇਟ ਦਾ ਜਿਹੜਾ ਸਟੇਟ ਦਾ ਡਿਪਾਰਟਮੈਂਟ ਉਹ ਮਾਫੀ ਮੰਗ ਰਿਹਾ ਆ ਦੇਖੋ ਹਨਾ ਸਟੇਟਸ ਐਸੀਏ ਭਾਵ ਜਿਹੜਾ ਆਪਣੀ ਕੰਟਰੀ ਭਾਰਤ ਹੈ ਨਾ ਸਾਊਥ ਏਸ਼ੀਆ ਚ ਆਉਂਦਾ ਹਨਾ ਸਾਊਥ ਐਂਡ ਸੈਂਟਰਲ ਏਸ਼ੀਅਨ ਅਫੇਅਰ ਲਈ ਇਹ ਡਿਪਾਰਟਮੈਂਟ ਹੈ ਅਮਰੀਕਾ ਦੀ ਸਰਕਾਰ ਦਾ ਤੇ ਉਹਨੇ ਸੌਰੀ ਕਿਹਾ ਜਾਂ ਦੇਖ ਸਕਦੇ ਹਾਂ ਨਾ ਡੀਪਲੀ ਡਿਸਟਰਬਡ ਬਾਏ ਦਾ ਰਿਪੋਰਟਸ ਆਫ ਹੈ ਨਾ ਇੱਕ ਸਿੱਖ ਭਾਜੀ ਦੇ ਟੈਕਸੀ ਡਰਾਈਵਰ ਦੇ ਹੈ ਨਾ ਜான் ਕੈਨੇਡੀ ਜੀ ਨੂੰ ਮਾਰਤਾ ਗਿਆ ਸੀ ਰਾਸ਼ਟਰਪਤੀ ਨੂੰ ਉਹਦੇ ਨਾਲ ਤੇ 에어ਪੋਰਟ ਆ ਉੱਥੇ ਉਹਨਾਂ ਦੀ ਪੱਗ ਲਈ ਇੱਕ ਗੋਰੇ ਨੇ ਮੁੱਕਾ ਮਾਰ ਕੇ ਸੋ ਕਹਿਣ ਦਾ ਭਾਵ ਹੈ ਬਾਈ ਜੀ ਅਮਰੀਕਾ ਦੀਆਂ ਸਰਕਾਰਾਂ ਇੱਕ ਸਿੰਘ ਸਰਦਾਰ ਜੀ ਦੀ ਪੱਗ ਲਾਏ ਤੇ ਮਾਫੀ ਮੰਗਦੀਆਂ ਆ ਤੇ ਆਪਣੇ ਆਪਣੇ ਪੰਜਾਬ 'ਚ ਹੀ ਆਪਣੀ ਪੰਜਾਬ ਪੁਲਿਸ ਜਾਂ ਹੋਰ ਕਿਦਾਂ ਆਪਣੀ ਪੱਗ ਦੀ ਬੇਅਦਬੀ ਕਰਦੇ ਆ ਤੇ ਟਿਕਟੌਕ ਤੇ ਅਗਲ ਮੈਂ ਵੀਡੀਓ ਵੀ ਪਾਈ ਸੀ ਵੀ ਭਾਈ ਜੀ ਹੋਰ ਕਮਿਊਨਿਟੀਆਂ ਭਾਵੇਂ ਪੱਗ ਦਾ ਸਤਕਾਰ ਕਰਦੀਆਂ ਸਭ ਤੋਂ ਵੱਧ ਬੇਅਦਬੀ ਆਪਣੇ ਲੋਕ ਕਰਦੇ ਆ ਪੱਗ ਦੀ ਜਿਹੜੀ ਹਨਾ ਡਿਸਰੈਸਪੈਕਟ ਆਪਣੇ ਲੋਕ ਕਰਦੇ ਆ ਕੱਲ ਮੈਂ ਦਿਖਾਇਆ ਸੀ ਟਿਕਟੌਕ ਤੇ ਵੀ ਕਿਦਾਂ ਹਨਾ ਵੀ ਕੰਬਲ ਬੰਨੀ ਫਿਰਦਾ ਕੋਈ ਰਜਾਈਆਂ ਬੰਨੀ ਫਿਰਦਾ ਹਨਾ ਦੇਖੋ ਅਮਰੀਕਾ ਦਾ ਡਿਪਾਰਟਮੈਂਟ ਆ ਸਾਊਥ ਏਸ਼ੀਆ ਆਪਣਾ ਹਨਾ ਆ ਦੇਖ ਸਕਦੇ ਆ ਡਿਪਾਰਟਮੈਂਟ ਆਫ ਸਟੇਟ ਯੂਨਾਈਟਿਡ ਸਟੇਟ ਦੇਖ ਲਿਓ ਭਾਵੇਂ ਉਹ ਸੌਰੀਆਂ ਫੀਲ ਕਰਦੇ ਪਏ ਆ ਕਿਉਂ ਕਿ ਕਿ ਸਰਦਾਰ ਜੀ ਦੀ ਪੱਗ ਲੈ ਗਈ ਸੀ ਗੋਰੇ ਨੇ ਉਹਨਾਂ ਨੂੰ ਮਾਰਿਆ ਇਸ ਗੱਲ ਪਿੱਛੇ ਦਿਖਾਉਣਾ ਤੁਹਾਨੂੰ ਅ ਦਰਸਲ ਪਾਣਾ ਗਈ ਵਰਤਿਆ ਇੱਕ ਗੋਰੇ ਨੇ ਉਹੀ ਉਮਰ ਉਹਨਾਂ ਦੀ ਜ਼ਿਆਦਾ ਸੀ ਸਰਦਾਰ ਜੀ ਦੀ ਹਨਾ ਉਹਨਾਂ ਨੂੰ ਕੁੱਟਣ ਪਿਆ ਦੇਖ ਸਕਦੇ ਆ ਹਨਾ ਸੋ ਸਾਰੇ ਹਰ ਇੱਕ ਕਮਿਊਨਿਟੀਜ਼ ਮਾੜੇ ਇੱਕ ਬੰਦੇ ਹੁੰਦੇ ਹੀ ਆ ਸਾਰੇ ਗੋਰੇ ਚੰਗੇ ਵੀ ਨਹੀਂ ਮਾੜੇ ਵੀ ਨਹੀਂ ਹਨਾ ਸੋ ਸਾਰੀਆਂ ਕਮਿਊਨਿਟੀਆਂ ਸੰਸਾਰ 'ਚ ਇਦਾਂ ਹੀ ਆ ਹਨਾ ਹੁਣ ਆ ਦੇਖੋ ਇਹ ਗੋਰੇ ਨੇ ਸਿੰਘ ਜੀ ਨੂੰ ਮਾਰਿਆ ਤੇ ਇਹਨਾਂ ਦੀ ਪੱਗ ਲੱਗੀ ਸੀਗੀ 에어ਪੋਰਟ ਤੇ ਟੈਕਸੀ ਚਲਾਉਂਦੇ ਤੇ ਦਿਖਾਉਣਾ ਤੇ ਇਹ ਦੇਖੋ ਇਹ ਦੇਖੋ ਇਹਨਾਂ ਦੀ ਪੱਗ ਲੱਗੀ ਸੀ ਹੈਨਾ ਤੇ ਅਮਰੀਕਾ ਦੇ ਸਰਕਾਰੀ ਉਹੀ ਸਰਕਾਰ ਆਪਣੇ ਤੌਰ ਤੇ ਨਿਊਯਾਰਕ ਦਾ ਮੇਅਰ ਮਤਲਬ ਸਾਰੇ ਮਾਫੀ ਮੰਗ ਰਹੇ ਆ ਵੀ ਜੋ ਵੀ ਹੋਇਆ ਮਾੜਾ ਹੋਇਆ ਆਪਾਂ ਉਹ ਬੰਦੇ ਨੂੰ ਫੜਾਂਗੇ ਤੇ ਜੇਲ੍ਹ ਕਰਾਂਗੇ ਜੋ ਵੀ ਆ ਹੈਨਾ ਤੇ ਉਹੀ ਮੈਂ ਕਹਿਣਾ ਚਾਹੁੰਦਾ ਵੀ ਇਹ ਪੱਗ ਅਮਰੀਕਾ ਚ ਇੱਕ ਵਾਰੀ ਲੱਥੇ ਤੇ ਇਦਾਂ ਏਡਾ ਹੋ ਹੱਲਾ ਹੋ ਜਾਂਦਾ ਤੇ ਆਪਣੇ ਪੰਜਾਬ ਚ ਤਾਂ ਪੁਲਿਸ ਆਪਣੀ ਦੇਖਦੀ ਵੀ ਨਹੀਂ ਆਲਾ ਦਵਾਲਾ ਜਾਂ ਹੋਰ ਦਿੱਲੀ ਚ ਵੀ ਤੁਸੀਂ ਕਈ ਵਾਰੀ ਦੇਖਿਆ ਹਨਾ ਸੋ ਹੋਰ ਦਿਖਾਉਣਾ ਬਾਈ ਜੀ ਇੱਕ ਰਿਪੋਰਟ ਆਈ ਆ ਛਾਮ ਨੂੰ ਚੰਗੀ ਤਰ੍ਹਾਂ ਸਾਂਝੀ ਕਰਾਂਗਾ ਹੋਰ ਵੀਡੀਓ ਚ ਬਾਈ ਬੀਜੇਪੀ ਦੀ ਇੱਕ ਐਪ ਆ ਉਹ ਐਪ ਆ ਇਹ ਕੱਲੀ ਬੀਜੇਪੀ ਦੇ ਬੰਦਿਆਂ ਕੋਲ ਐਪ ਆ ਜਿਹੜੇ ਬੀਜੇਪੀ ਦੇ ਆਈਟੀ ਸੈੱਲ ਵਾਲੇ ਆ ਉਹਨਾਂ ਦੇ ਕੋਲ ਐਪ ਆ ਹਨਾ ਟੈਕ ਫੌਗ ਇਹਦੇ ਬਾਰੇ ਸਪੈਸ਼ਲ ਜਾਣਕਾਰੀ ਦਵਾਂਗੇ ਸਾਰੀ ਟੈਕ ਫੌਗ ਇਹਦਾ ਨਾਂ ਆ ਇਹਦਾ ਕੰਮ ਕੀ ਆ ਲੋਕਾਂ ਨੂੰ ਗਾਲਾਂ ਦੇਣੀਆਂ ਇਹ ਜੀ ਇਹ ਦੇਖ ਸਕਦੇ ਆ 1 ਜਨਵਰੀ ਤੋਂ ਲੈ ਕੇ 31 ਮਈ ਤੱਕ ਸਪੈਸ਼ਲੀ ਇਹ ਕੁੜੀਆਂ ਨੂੰ ਟਾਰਗੇਟ ਕਰਦੇ ਇਹ ਸਾਰੀਆਂ ਕੁੜੀਆਂ ਮਸ਼ਹੂਰ ਆ ਜੀ ਟਵਿੱਟਰ ਤੇ ਇਹ ਬੀਜੇਪੀ ਦੇ ਕਾਮੀਆਂ ਦੇ ਨੀਤੀਆਂ ਦੇ ਵਿਰੁੱਧ ਬੋਲਦੀਆਂ ਰਾਣਾ ਯੂਬ ਵਰਖਾ ਦਾ ਤੇ ਸਾਰੀਆਂ ਮਤਲਬ ਤੁਸੀਂ ਸਰਚ ਵੀ ਕਰ ਲਿਓ ਟਵਿੱਟਰ ਤੇ ਇਹਨਾਂ ਦੇ ਨਾਮ ਮਸ਼ਹੂਰ ਹੈ ਇਹਨਾਂ ਦੇ ਫੋਲੋਅਰ ਵੀ ਦੇਖ ਸਕਦੇ ਮਿਲੀਨਾ ਚ ਆ ਹਨਾ ਸੋ ਇਹ ਬੀਜੇਪੀ ਦੀਆਂ મોદી ਦੀਆਂ ਨੀਤੀਆਂ ਦਾ ਵਿਰੋਧ ਕਰਦੀਆਂ ਆ ਤੇ ਇਹਨੇ ਕੀ ਕੀਤਾ ਤੁਸੀਂ ਦਾ ਟੈਕ ਫੌਗੀ ਦੇ ਬਾਰੇ ਹੋਰ ਦੱਸਾਂਗਾ ਇਹ ਲੋਕਾਂ ਦੇ ਵਟਸਐਪ ਨੂੰ ਕਿਦਾਂ ਹੈਕ ਕਰਦੇ ਆ ਜਾਂ ਹੋਰ ਅਕਾਊਂਟ ਕਿਦਾਂ ਹੈਕ ਕਰਦੇ ਬੀਜੇਪੀ ਦੇ ਵੱਡੇ ਵੱਡੇ ਜਿਹੜੇ ਦਿਮਾਗੀ ਬੰਦੇ ਆਈਟੀ ਸੈੱਲ ਦੇ ਮੇਨ ਬੰਦੇ 2 ਰੁਪਏ ਦੇ ਟਵੀਟ ਵਾਲੇ ਨਹੀਂ ਉਹ ਤਾਂ ਵਿਚਾਰੇ ਉਹਨਾਂ ਨੂੰ ਕੀ ਪਤਾ 2 ਰੁਪਏ ਦਾ ਟਵੀਟ ਜਿਨ੍ਹਾਂ ਨੂੰ 2 ਰੁਪਏ ਮਿਲਦੇ ਉਹ ਨਹੀਂ ਜਿਹੜੇ ਵੱਡੇ ਉਹ 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 ਚਪਦਰ ਵਾਲੇ ਬੰਦੇ ਆਈਟੀ ਸੈੱਲ ਵਾਲੇ ਉਹਨਾਂ ਕੋ ਐਪ ਸੀ ਟੈਕ ਫੌਗ ਕੰਮ ਕੀ ਸੀ ਡਰਾਉਣਾ ਧਮਕਾਉਣਾ ਗਾਲਾਂ ਦੇਣੀਆਂ ਹੈਕਿੰਗ ਕਰਨੀ ਤੁਸੀਂ ਦੇਖੋ ਬਾਈ ਜੀ 2000 ਮਹੀਨਿਆਂ ਚ ਸਭ ਤੋਂ ਵੱਧ ਆ ਦੇਖ ਸਕਦੇ ਆ 22000 ਤੋਂ ਵੱਧ ਭਈ ਗਾਲਾਂ ਦੀ ਇਹ ਗਿਣਤੀ ਆ ਅਬਿਊਸਿਵ ਟਵੀਟਸ ਹਨਾ ਗਾਲਾਂ ਚ ਗੰਦੀਆਂ ਗੰਦੀਆਂ ਬਹੁਤ ਮਤਲਬ ਭਈ ਸ਼ਬਦ ਹੈ ਨਹੀਂ ਮੇਰੇ ਕੋ ਹਨਾ ਭਈ ਇਹ ਟਾਰਗੇਟ ਕਰਦੇ ਆ ਹੁਣ ਮੈਨੂੰ ਵੀ ਬਹੁਤ ਟਾਰਗੇਟ ਕਰਦੇ ਮੈਨੂੰ ਥੋੜੀਆਂ ਗਾਲਾਂ ਪੈਂਦੀਆਂ ਤੁਹਾਨੂੰ ਮੈਂ ਕਿਸੇ ਦਿਨ ਆਪਣੇ ਮੈਸੇਜ ਦਿਖਾਉ ਕਮੈਂਟਾਂ ਚ ਵੀ ਦੇਖ ਲਓ ਕਮੈਂਟ ਤਾਂ ਤੁਸੀਂ ਦੇਖ ਸਕਦੇ ਹਨਾ ਕਿੰਨੀਆਂ ਗਾਲਾਂ ਕੱਢਦੇ ਆ ਵਿਚਾਰੇ ਗਾਲਾਂ ਜੋਗੀ ਕਰ ਵੀ ਕੀ ਸਕਦੇ ਆ ਹਨਾ ਸੋ ਦੇਖ ਸਕਦੇ ਆ ਬਾਈ ਜੀ ਇਹ ਨਹੀਂ ਕਿਸੇ ਨੂੰ ਬਖਸ਼ਦੇ ਸਪੈਸ਼ਲੀ ਫੀਮੇਲ ਨੂੰ ਇਹ ਸਾਰੀਆਂ ਫੀਮੇਲ ਆ ਇਹ ਫੀਮੇਲ ਰਿਪੋਰਟਰ ਆ ਤੇ ਦੇਖੋ ਇਹਨਾਂ ਦੀ ਟੈਕਫੋਗ ਐਪ ਦੇ ਹੋਰ ਕੀ ਕੰਮ ਸੀ ਇਹ ਦੱਸੂਗਾ ਇਹ ਤੁਸੀਂ ਵੀ ਨਹੀਂ ਕਦੀ ਸੁਣੀ ਹੋਣੀ ਹੈਨਾ ਇਹ ਸਪੈਸ਼ਲੀ ਇਹਨਾਂ ਦੇ ਆਈਟੀ ਸੈੱਲ ਵਾਲੇ ਯੂਜ਼ ਕਰਦੇ ਲਗੇ ਬੀਜੇਪੀ ਵਾਲੇ ਹੈਨਾ ਆ ਦੇਖੋ ਬਾਈ ਜੀ ਤੇ ਆ ਗਿਣਤੀ ਆ ਹਜ਼ਾਰਾਂ ਚ ਗਾਲਾਂ ਦੀ ਗਿਣਤੀ ਹੈਨਾ ਜਨਵਰੀ ਤੋਂ ਲੈ ਕੇ ਮਈ ਤੱਕ 4 ਮਹੀਨਿਆਂ ਚ ਸਭ ਤੋਂ ਵੱਧ ਰਾਣਾ ਆਯੂਬ ਨੂੰ 22000 ਤੋਂ ਵੱਧ ਗਾਲਾਂ ਵਾਲੇ ਟਵੀਟ ਮੈਸੇਜ ਜੋ ਵੀ ਹੈਨਾ ਸੋ ਮੈਸੇਜ ਤਾਂ ਆਪਾਂ ਜਿਹੜੇ ਉਹ ਰਾਣਾ ਜੂਬ ਜੀ ਨੂੰ ਕੀਤੇ ਹੋਗੇ ਕੁੜੀ ਆ ਇਹ ਰਾਣਾ ਜੂਬ ਤੇ ਉਹ ਤਾਂ ਆਪਾਂ ਨੂੰ ਪਤਾ ਨਹੀਂ ਪਈਏ ਪੂਰਾ ਜੋਰ ਇਹਨਾਂ ਦਾ ਲੱਗਾ ਵੀ ਮੋਦੀ ਵਿਰੋਧ ਕੋਈ ਬੋਲ ਲੈ ਹੀ ਨਾ ਹਾਂਜੀ ਤੇ ਹੋਰ ਦਿਖਾਉਨੇ ਆ ਤੁਹਾਨੂੰ ਬਾਈ ਜੀ ਮੈਂ ਇੱਕੋ ਹੀ ਗੱਲ ਕਹਿਣਾ ਹੁੰਨਾ ਬਾਈ ਦੁਨੀਆ ਪਰੇ ਤੋਂ ਪਰੇ ਲੋਕ ਖਰੇ ਤੋਂ ਖਰੇ ਕਦੇ ਵੀ ਮਾਨ ਕਰੀ ਨਾ ਨਿਮਾਣੀ ਜਿੰਦੇ ਮੇਰੀਏ ਹੈ ਆ ਬੰਦਾ ਕੌਣ ਆ ਤੁਸੀਂ ਵੀ ਇਹਨੂੰ ਦੇਖਿਆ ਹੋਣਾ ਮੈਂ ਵੀ ਇਹਨੂੰ ਦੇਖਿਆ ਏ ਬਾਈ ਜੀ ਸੰਸਾਰ ਦਾ ਸਭ ਤੋਂ ਅਮੀਰ 7ਵੇਂ ਸਥਾਨ ਤੇ ਸੀ ਤੇ ਬ੍ਰਾਜ਼ੀਲ ਦੇਸ਼ ਕਿੰਨਾ ਵੱਡਾ ਬ੍ਰਾਜ਼ੀਲ ਦਾ ਸਭ ਤੋਂ ਅਮੀਰ ਆਦਮੀ ਸੀਗਾ ਤੇ ਇਹ ਇਸ ਵੇਲੇ ਕਿੱਥੇ ਇਸ ਵੇਲੇ ਜੇਲ੍ਹ 'ਚ ਆ ਮੈਂ ਜਸਟ ਦਿਖਾਉਣਾ ਇਹੀ ਚਾਹਣਾ ਉਹ ਹੀ ਇੱਕ ਇੱਥੇ ਦਾ ਠੱਗ ਜੰਟਿਆ ਸਰੀ ਦਾ ਕਹਿੰਦਾ ਹਿੰਦੀ ਦੀ ਕਾਤ 1 ਰੁਪਏ ਦੇ ਚਾਹ ਨਹੀਂ 1 ਰੁਪਏ ਨਹੀਂ 2 ਰੁਪਏ ਦੀ ਟਿਮ ਹਟਨ ਦੀ ਚਾਹ ਜੋਗੀ ਆ ਤੇ ਫੁਗਰੀਆਂ ਮਾਰਦਾ ਰਹਿੰਦਾ ਟਿਕਟੋਕ ਦੇ ਮੇਕੋ ਆ ਬੂਟ ਆ ਝੱਗਾ ਆ ਕਾਰ ਆ ਵੜੇ ਵੱਟਸ ਹੋਏ ਵਰ ਹਨਾ ਭਰਾਵਾ ਚਾਹ 1 ਡਾਲਰ 60 ਸੈਂਟ ਦੀ ਆ 2 ਡਾਲਰ ਦੀ ਨਹੀਂ ਸੋ ਇਹ ਬੰਦਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸੀ ਇਹ ਇਸ ਵੇਲੇ ਜੇਲ੍ਹ ਚ ਆ ਕਿਉਂ ਕਿਉਂਕਿ ਭਾਈ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਹਨਾ ਤੇ ਇੱਥੇ ਸਰੀਜ ਹੈਗੇ ਆ ਕਈ ਟਿਕਟੋਕ ਦੇ ਫੁਕਰੀਆਂ ਮਾਰਨ ਵਾਲੇ ਹੋਰ ਵੀ ਦੁਨੀਆ 'ਚ ਹਨਾ ਉਹਨਾਂ ਨੂੰ ਹੀ ਦਿਖਾ ਦਿਓ ਵੀ ਭਰਾਵੋ ਦੁਨੀਆ 'ਚ ਜਨ ਕਿਸੇ ਦੇਸ਼ ਦਾ ਸਭ ਤੋਂ ਅਮੀਰ ਆਦਮੀ 35 ਬਿਲੀਅਨ ਡਾਲਰ ਦਾ ਮਾਲਕ 2012 'ਚ ਇਹਦੇ ਕੋਲ 35 ਬਿਲੀਅਨ ਡਾਲਰ ਸੀਗੇ ਤੇ ਇਹ ਐਰਿਕ ਬਟਿਸਟਾਈ ਦਾ ਨਾਮ ਆ ਇਹਦੇ ਬਾਰੇ ਹੋਰ ਪੜ੍ਹ ਲਿਓ ਹਨਾ ਇਸ ਵੇਲੇ ਇਹ ਜੇਲ੍ਹ 'ਚ ਆ 30 ਸਾਲ ਦੀ ਇਹਨੂੰ ਸਜ਼ਾ ਹੋਈ ਆ ਕਿਸੇ ਵੇਲੇ ਦੁਨੀਆ ਦਾ ਪੂਰੀ ਦੁਨੀਆ ਦਾ ਪੂਰੀ ਦੁਨੀਆ ਚ 7ਵੇਂ ਸਥਾਨ ਤੇ ਅਮੀਰ ਸੀ ਤੇ ਇਸ ਵੇਲੇ ਜੇਲ੍ਹ ਚ ਸਮਝਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹਮੇਸ਼ਾ ਹੀ ਬਾਈ ਜੀ ਹਮੇਸ਼ਾ ਹੀ ਹਨਾ ਜਿੰਨਾ ਜਿੰਨਾ ਬੰਦੇ ਕੋ ਪੈਸਾ ਆ ਜਵੇ ਜਾਂ ਤਰੱਕੀ ਕਰ ਲਵੇ ਹਮੇਸ਼ਾ ਹੀ ਮੇਰੇ ਕਹਿੰਦਾ Papa ਪਈ ਨਿਮਰਤਾ ਚ ਰਹੋ ਨਿਮਰਤਾ ਲੋਕ ਵੀ ਪਿੱਠ ਪਿੱਛੇ ਤਾਰੀਫ ਕਰਦੇ ਜੇ ਤੁਹਾਡੇ ਕੋ 4 ਪੈਸੇ ਆ ਤੁਹਾਡੇ ਬੈਠੇ ਆ ਜੇ ਤਾਂ ਲੋਕ ਤੁਹਾਨੂੰ ਚੰਗਾ ਕਹਿ ਦਣੇ ਪਿੱਠ ਪਿੱਛੇ ਜਦੋਂ ਤੁਸੀਂ ਗਾਲਾਂ ਹੀ ਪੈਣੀਆਂ ਸਿੱਧੀ ਜੀ ਗੱਲ ਆ ਸਹੀ ਹੈ ਨਾ ਸੋ ਇੱਥੇ ਦੇ ਸਪੈਸ਼ਲੀ ਆ ਜਿਹੜਾ ਸਰੀਜ ਠੱਗ ਜਾਂਟਿਆ ਫੁਗਰੀਆਂ ਮਾਰਦਾ ਜਾਂ ਹੋਰ ਵੀ ਆ ਉਹਨਾਂ ਨੂੰ ਦਿਖਾ ਦਿਓ ਹੋਰ ਦਿਖਾਉਣਾ ਤੁਹਾਨੂੰ ਇੱਕ ਨਾਲੇ ਤੱਥ ਵੀ ਦੱਸਦਾ ਅੱਜ ਦੇ ਦਿਨ ਐਪਲ ਵਾਲਿਆਂ ਨੇ 2007 ਚ ਆਈਫੋਨ ਸਟੀਵ ਜੌਬਸ ਨੇ ਦਿਖਾਇਆ ਸੀ ਦੁਨੀਆ ਨੂੰ ਹਨਾ 29 ਜੂਨ 2007 ਨੂੰ ਪਹਿਲਾ ਆਈਫੋਨ ਲਾਂਚ ਕੀਤਾ ਸੀ ਮਾਰਕੀਟ ਚ ਤੇ ਅੱਜ ਦੇ ਦਿਨ 2007 ਚ ਦੁਨੀਆ ਨੂੰ ਦਿਖਾਇਆ ਗਿਆ ਸੀ ਵੀ ਇਹ ਫੋਨ ਆਉਣ ਲੱਗਾ ਹਨਾ ਇਹ ਬੰਦਾ ਦੇਖ ਲਓ ਇਹ ਤੁਹਾਨੂੰ ਐਪਲ ਕੋਲ ਪੈਸਾ ਦਿਖਾਉਣਾ ਕਿੰਨਾ ਆ ਇਹ ਜੀ ਸੀਰੀਅਲ ਦਾ ਬਾਪੂ ਸੀ ਹਨਾ ਅਬਦੁੱਲਾਹ ਜੰਡਾਲੀ ਹੈ ਨਾ ਤੇ ਇਹਨੂੰ ਅਡਾਪਟ ਕੀਤਾ ਸੀ ਅਮਰੀਕਾ 'ਚ ਹੈ ਨਾ ਕਿਸੇ ਪਰਿਵਾਰ ਨੇ ਇਹ ਆਈਫੋਨ ਦਾ ਮਾਲਕ ਜਿਹੜਾ ਮਰ ਗਿਆ ਸਟੀਵ ਜੋਬਸ ਆਬ ਨੂੰ ਪਤਾ ਇਹ ਬੰਦੇ ਦੇ ਕੱਪੜੇ ਦੇਖੋ ਸਾਲ 98 99 ਹੈ ਨਾ ਵੀ ਜਿਹੜੇ ਬੰਦੇ ਪੜ੍ਹ ਲਿਖ ਲੈਂਦੇ ਆ ਜਿਨ੍ਹਾਂ ਦੀ ਸੋਚ ਦਾ ਲੈਵਲ ਥੋੜਾ ਅੱਪ ਹੋ ਜਾਂਦਾ ਉਹ ਇੰਨਾ ਨਹੀਂ ਸੋਚਦੇ ਵੀ ਦੁਨੀਆ ਕੀ ਕਹੂ ਕੱਪੜਿਆਂ ਬਾਰੇ ਮੈਂ ਤੁਹਾਨੂੰ ਦਿਖਾਉਣਾ ਆ ਬੰਦੇ ਕੋ ਪੈਸੇ ਐ ਨਹੀਂ ਸੀ ਬਾਈ ਜੀ ਇਹ ਬੰਦੇ ਕੋ ਲਈ ਦੀ ਕੰਪਨੀ ਕੋ ਇੰਨੇ ਪੈਸੇ ਆ ਵੀ ਉਹਨੇ ਪੈਸੇ ਦੁਨੀਆ ਦੇ ਮੁਲਕਾਂ ਕੋਲ ਹੈ ਨਹੀਂਗੇ ਤੁਹਾਨੂੰ ਦਿਖਾਉਣਾ ਅਦੇ ਕੋ ਨਾ 98 ਤੋਂ ਲੈ ਕੇ 2011 ਤੱਕ ਮਰਨ ਤੱਕ 2000 ਇਹ ਮਰ ਗਿਆ ਸਭ ਨੂੰ ਪਤਾ ਕੈਂਸਰ ਨਾ ਸੇਮ ਕੱਪੜੇ ਸੀ ਹਨਾ ਸੋ ਤੁਹਾਨੂੰ ਦਿਖਾਉਣਾ ਮੈਂ ਬਾਈ ਜੀ ਉਹੀ ਗੱਲ ਹੈ ਜਿਨ੍ਹਾਂ ਕੋ ਯਾਰ ਪੈਸਾ ਆ ਉਹ ਤਾਂ ਦਿਖਾਉਂਦੇ ਹੀ ਨਹੀਂਗੇ ਉਹ ਤਾਂ ਕਦੀ ਸ਼ੋਅ ਆਫ ਕਰਦੇ ਹੀ ਨਹੀਂ ਜਿਨ੍ਹਾਂ ਕੋ ਨਹੀਂ ਹੈਗਾ ਉਹੀ ਆ ਸਿੱਧੀ ਜੀ ਗੱਲ ਆ ਹਨਾ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਬਾਕੀ ਇਹਦਾ ਇਹਦਾ ਕਿਹਨੂੰ ਨਹੀਂ ਪਤਾ ਹਨਾ ਜੀਦੀ ਫੇਸਬੁੱਕ ਜਿਹੜਾ ਹੀ ਫੇਸਬੁੱਕ ਜਿਹਦੀ ਆਪਾਂ ਚਲਾਉਨੇ ਇੰਸਟਾਗ੍ਰam ਜਿਹਦਾ ਆਪਾਂ ਚਲਾਉਨੇ ਆ WhatsApp ਜਿਹਦੀ ਆਪਾਂ ਚਲਾਉਨੇ ਆ ਉਹੀ ਬੰਦਾ ਇਹ ਵੀ ਇੱਕੋ ਹੀ ਟੀ-ਸ਼ਰਟ ਪਾਈ ਘੁੰਮਦਾ ਰਹਿੰਦਾ ਕੀ ਕੋ ਪੈਸੇ ਹੈ ਨਹੀਂਗੇ ਇਹ ਬਾਈ ਜੀ ਚੱਕਰ ਕੀ ਆ ਮੈਂ ਤੁਹਾਨੂੰ ਦੱਸਦਾ ਤੁਸੀਂ ਕਦੀ ਨੋਟਿਸ ਕੀਤਾ ਵੀ ਪੰਜਾਬੀ ਗਾਣਿਆਂ 'ਚ ਗਾਉਣ ਵਾਲੀਆਂ ਫੀਮੇਲ ਤਾਂ ਬਹੁਤ ਆ ਪਰ ਲਿਖਣ ਵਾਲੀਆਂ ਕਿਉਂ ਨਹੀਂ ਗਈਆਂ ਕਦੀ ਸੁਣਿਆ ਕੋਈ ਗੀਤਕਾਰ ਸੱਚ ਗੀਤਕਾਰ ਫੀਮੇਲ ਹੈਗੀ ਕੋਈ ਦੱਸਿਓ ਤਾਂ ਮੈਨੂੰ ਜਿਹੜੀ ਕੁੜੀ ਗਾਣੇ ਲਿਖਦੀ ਹੋਵੇ ਹੈ ਕੋਈ ਨਹੀਂ ਨਾ ਕਿਉਂਕਿ ਦਿਨਾਨੀ ਦੀ ਸਾਰੀ ਜ਼ਿੰਦਗੀ ਤਾਂ ਹਾਏ ਹਾਏ ਰੱਬਾ ਲਿਪਸਟਿਕ ਕਿਹੜੇ ਰੰਗ ਦੀ ਲਾਵਾਂ ਸੂਟ ਕਿਹੜਾ ਪਾਵਾਂ ਜੁੱਤੀ ਕਿਹੜੀ ਮੈਚਿੰਗ ਕਰਾਂ ਝੁੰਮਕੇ ਕਿਹੜੇ ਮੈਚਿੰਗ ਕਰਾਂ ਆਈ ਲੈਸ਼ਸ ਵਾਟਐਵਰ ਕਿਹੜੇ ਮੈਚਿੰਗ ਕਰਾਂ ਇਹਨਾਂ ਦੇ ਵਿਚਾਰੀਆਂ ਦੀ ਜ਼ਿੰਦਗੀ ਤੇ ਇਦਾਂ ਹੀ ਲੰਘ ਜਾਂਦੀ ਤਾਂ ਹੀ ਤਾਂ ਇਹਨਾਂ ਦਾ ਕੁੜੀਆਂ ਦਾ ਮੋਸਟਲੀ ਦਿਮਾਗ ਕ੍ਰੀਏਟਿਵ ਨਹੀਂ ਹੁੰਦਾ ਕੋਈ ਗੁੱਸੇ ਵਾਲੀ ਗੱਲ ਨਹੀਂ ਇਹ ਸਚਾਈ ਆ ਕਦੀ ਕੋਈ ਤੁਸੀਂ ਇਹ ਦੱਸ ਦੋ ਦੁਨੀਆ 'ਚ ਜਿਹੜੀਆਂ ਵੱਡੀਆਂ ਕੰਪਨੀ ਐ ਕਿਹੜੀ ਕੁੜੀ ਉਹਦੀ ਮਾਲਕਣ ਐ ਕੋਈ ਆਪਣੇ ਆਈਟੀ ਸੈਕਟਰ ਚ ਦੱਸ ਦੋ ਹਨਾ ਫੇਸਬੁਕ ਇੰਸਟਾਗ੍ਰam ਸਨੈਪਚੈਟ ਜੋ ਵੀ ਤੁਸੀਂ ਚਲਾਉਨੇ ਆ ਆਪਣੇ ਫੋਨ ਚ ਕੋਈ ਹੈ ਕੋਈ ਕੰਪਨੀ ਇਦਾਂ ਦੀ ਜਿਹਦੀ ਮਾਲਕਨ ਕੁੜੀ ਕਿਉਂ ਨਹੀਂ ਗਈ ਕਿਉਂਕਿ ਇਹਨਾਂ ਵਿਚਾਰੀਆਂ ਦੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਵੀ ਆਪਾਂ ਕਿਹੜੇ ਰੰਗ ਨਾਲ ਕੀ ਮੈਚਿੰਗ ਕਰਨਾ ਸੋ ਜਿਹਨੇ ਕੁਝ ਜ਼ਿੰਦਗੀ ਚ ਕਰਨਾ ਹੁੰਦਾ ਆ ਆ ਦੇਖ ਲਓ ਮਾਰਕ ਜਕਰ ਵਰਗਾ ਅਮਾਰਿਕ ਯੁਗਰਵਾਰਕ ਦੁਨੀਆ ਦੇ ਸਭ ਤੋਂ ਅਮੀਰਾਂ ਚ ਪਹਿਲੇ 4-5 ਚ ਆ ਹਨਾ ਫਸਟ ਡੇ ਆਫਟਰ ਜਦੋਂ ਇਹਦੇ ਕੁੜੀ ਹੋਈ ਸੀ ਤੇ ਉਸ ਤੋਂ ਬਾਅਦ ਇਹ ਕਹਿੰਦਾ ਸੀ ਮੈਂ ਕੰਮ ਤੇ ਜਾਣਾ ਦੱਸੋ ਮੈਂ ਕੀ ਪਾਵਾਂ ਸੋ ਸਾਰੇ ਕੱਪੜੇ ਸੇਮ ਆ ਸੋ ਇਹਨਾਂ ਦਾ એનર્ਜੀ ਤੇ ਟਾਈਮ ਵੇਸਟ ਨਹੀਂ ਹੁੰਦਾ ਹੈ ਨਾ ਚੀਜ਼ਾਂ ਚ ਹਨਾ ਵੀ ਅੱਜ ਜੁੱਤੀ ਐ ਨਾ ਮੈਚਿੰਗ ਕਰਾਂ ਜਾਂ ਜੋ ਵੀ ਕਰਾਂ ਸਭ ਨੂੰ ਪਤਾ ਵੀ ਫੀਮੇਲ ਕੀ ਕੀ ਮੈਚਿੰਗ ਕਰਨਾ ਪੈਂਦਾ ਹਨਾ ਸੋ ਤਾਂ ਉਹਨਾਂ ਦਾ ਦਿਮਾਗ ਇੰਨਾ ਕ੍ਰੀਏਟਿਵ ਨਹੀਂ ਹੁੰਦਾ ਤਾਂ ਉਹ ਬਾਬਿਆਂ ਦੇ ਪਿੱਛੇ ਜਿੱਥੇ ਹੁੰਦਾ ਚਲੋ ਜੀ ਮੱਸੀਆਂ ਨੂੰ ਆਉਣ ਚਲੀਏ ਉੱਥੇ ਤੁਰ ਪੈਂਦੀਆਂ ਆ ਸਿੱਧੀ ਗੱਲ ਆ ਇੱਥੇ ਕੋਈ ਕਿਸੇ ਨੂੰ ਗੁੱਸਾ ਲੱਗੇ ਗਿਲਾ ਲੱਗੇ ਹਨਾ ਸਾਰਿਆਂ ਨੂੰ ਨਹੀਂ ਮੈਂ ਕਹਿਣਾ ਹੁੰਦਾ ਸੋ ਵਿੱਚ ਕਈ ਇਸ਼ੂ ਬਣਾ ਲੈਂਦੇ ਆ ਹਨਾ ਤੇ ਹੋਰ ਦਿਖਾਉਣਾ ਜੀ ਤੁਹਾਨੂੰ ਇੱਕ ਸਕਿੰਟ ਆ ਹੁਣ ਦਿਖਾਉਣੀ ਜੀ ਐਪਲ ਦੀ ਵੀ ਐਪਲ ਦਾ ਜਿਹੜਾ ਮਾਲਕ ਆ ਕਯੂਡਕ ਕੋ ਪੈਸੇ ਹੈ ਨਹੀਂ ਸੀ ਐਪਲ ਕੰਪਨੀ ਦਾ ਜਿਹੜਾ ਨੈਟਵਰਥ ਆ ਦੇਖ ਸਕਦੇ ਆ ਆ ਜਿਹੜੇ ਦੇਸ਼ ਆ ਇੱਕ ਕੱਲਾ ਅਮਰੀਕਾ ਇੰਡੀਆ ਤੇ ਚੀਨ ਇਨਾ ਦੀ ਇਕਨੋਮੀ Apple ਦਾ ਜਿਹੜਾ ਮਾਰਕੀਟ ਕੈਪ ਆ ਹੈ ਨਾ 2.2 ਟ੍ਰਿਲੀਅਨ ਇਹਦੇ ਸੇਮ ਆ ਹੁਣ ਤੁਸੀਂ ਇਹ ਹਿਸਾਬ ਲਾਓ ਭਈ Apple ਦੇ ਜਿਹੜਾ ਮਾਰਕੀਟ ਕੈਪ ਆ ਜਿਹੜਿਆ ਦੇਸ਼ ਲਿਖਿਓ ਇਟਲੀ ਬ੍ਰਾਜ਼ੀਲ ਕੈਨੇਡਾ ਜਿਹਨੂੰ ਆਪਾਂ ਕਹਿੰਨੇ ਆ ਭਈ ਹਾਈ ਕੈਨੇਡਾ ਜਾਣਾ ਮੈਂ ਵੀ ਕਹਿੰਦਾ ਹੁੰਦਾ ਸੀ ਜਦੋਂ ਕੁਵੈਤ ਤੇ ਸਪੇਨ ਸੀ ਚਲੋ ਆ ਗਿਆ ਤੁਸੀਂ ਵੀ ਸਭ ਨੇ ਆ ਜਾਣਾ ਭਈ Apple ਕੰਪਨੀ ਕੋ ਇੰਨਾ ਪੈਸਾ ਆਇਆ ਦੇਖੋ ਕਿੱਡੇ ਕਿੱਡੇ ਧੱਕੜ ਮੁਲਕ ਆਸਟ੍ਰੇਲੀਆ ਕੈਨੇਡਾ ਹੈ ਨਾ ਰਸ਼ੀਆ ਇਹਨਾਂ ਦੀ ਇਕਨੋਮੀ ਨਾਲੋਂ ਜ਼ਿਆਦਾ ਮਾਰਕੀਟ ਕੈਪ ਐਪਲ ਦਾ ਆ। ਸੋ ਸਿੰਪਲ ਸ਼ਬਦਾਂ 'ਚ ਦੱਸਾਂ ਆ ਜਿਹੜੇ ਐਸੇ ਰੰਗ ਦੇ ਦੇਸ਼ ਆ ਇਹਨਾਂ ਕੋਲ ਥੋੜੇ ਇਹਨਾਂ ਦੀ ਇਕਨੋਮੀ ਹੈਗੀ ਆ ਹਨਾ ਐਪਲ ਦੇ ਸੇਮ ਹੈ ਜਿਹੜੇ ਐਸੇ ਰੰਗ ਦੇ ਦੇਸ਼ ਆ ਸਾਰੇ ਹੀ ਐਪਲ ਕੋਈ ਨਾਲੋਂ ਜ਼ਿਆਦਾ ਪੈਸਾ ਇਕ ਕਿਸਮ ਨਾਲ ਆਪਾਂ ਕਹਿ ਸਕਦੇ ਆ ਹਨਾ ਸੋ ਇਹ ਚੀਜ਼ਾਂ ਹੁੰਦੀਆਂ ਬਾਈ ਉਹੀ ਗੱਲ ਆ ਜਿਹੜਾ ਮਤਲਬ ਜਿਹਦੇ ਕੋਲ ਜ਼ਿਆਦਾ ਪੈਸਾ ਉਹ ਉਨਾ ਹੀ ਨਿਮਰਤਾ ਚੋਂਦਾ ਰਹਿੰਦਾ ਆ ਹਨਾ ਪਰ ਆਪਣੇਲ ਆਪਣੇ ਵਾਲੇ ਪਾਸੇ ਪੁੱਠਾ ਗਾਮ ਆ ਵੈਸੇ ਪੰਜਾਬੀ ਕਮਿਊਨਿਟੀ ਜੀ ਬਹੁਤ ਵੀਰ ਭਰਾ ਜੀ ਨਾਲ ਕੋਈ ਹੈਗਾ ਮੈਂ ਕਿਉਂਕਿ ਮੇਰਾ ਤਾਂ ਬਾਹ ਪੈਂਦਾ ਰਹਿੰਦਾ ਬੜੀ ਨਿਮਰਤਾ ਉਹਨਾਂ ਚ ਕਿਉਂਕਿ ਨਿਮਰਤਾ ਹੀ ਨਾਲ ਗਾਂ ਦੀ ਗਾਂ ਪੈਸੇ ਆਉਂਦੇ ਆ ਹਨਾ ਬੰਦਾ ਜਿੰਨਾ ਮੈਂ ਮੇਰੇ ਇਹ ਕਹਿਣ ਦਾ ਮਕਸਦ ਇਹ ਹੈ ਹੁਣ ਗਾਂ ਤੁਸੀਂ ਦੇਖਦੇ ਆਪਣੇ ਨਿਆਣਿਆਂ ਨੂੰ ਨਿਮਰਤਾ ਸਿਖਾਓ ਬਾਈ ਜੀ ਨਿਮਰਤਾ ਮਤਲਬ ਸਭ ਨੂੰ ਪਤਾ ਹਰ ਇੱਕ ਧਰਮ ਚ ਬਾਬੇ ਗੁਰੂ ਪੀਰ ਵੀ ਇਹੀ ਗੱਲ ਕਹਿ ਕੇ ਗਏ ਕੋਈ ਨਵੀਂ ਗੱਲ ਤਾਂ ਮੈਂ ਦੱਸਣ ਨਹੀਂ ਲੱਗਾ ਹਨਾ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਬਾਕੀ ਬੀਜੇਪੀ ਦੀ ਜਿਹੜੀ ਉਹ ਐਪ ਆ ਉਹਦਾ ਵੀ ਦੱਸਾਂਗੇ ਤੇ ਫੋਟੋਆਂ ਦੋਗ ਕਰ ਰਹਿ ਗਈਆਂ ਤੇ ਆਪਣਾ ਜੇਮਸ ਵੈਬ ਟੈਲੀਸਕੋਪ ਦਾ ਮੈਂ ਦੱਸਿਆ ਸੀ ਹਨਾ ਇਹ ਹੋ ਗਿਆ ਆ ਹੁਣ ਇਹਨੇ ਦੇਖਦੇ ਆ ਲੱਭਦਾ ਏਲੀਅਨ ਕ ਨਹੀਂ ਲੱਭਦਾ ਹਨਾ ਲਾਂਚ ਹੋਇਆ ਸੀ ਹਨਾ ਇਹਦੇ ਜਿਹੜੇ ਮਿਰਰ ਆ ਸ਼ੀਸ਼ੇ ਆ ਉਹ ਓਪਨ ਹੋ ਗਏ ਸਾਰਾ ਕੁਝ ਹੋ ਗਿਆ ਹਨਾ 10 12 15 ਦਿਨ ਹੋ ਗਏ ਆ ਹਨਾ ਇਹਨਾਂ ਆਪਣੇ ਸ਼ੀਸ਼ੇ ਵੀ ਉੱਪਰ ਜਾ ਕੇ ਸਾਰਾ ਕੁਝ ਸੈਟਿੰਗ ਕਰ ਲਈ ਆ ਹੁਣ ਕੀ ਕੀ ਲੱਭਦਾ ਉਹ ਵੀ ਦਿਖਾਵਾਂਗੇ ਉਧਰ ਕੈਮਰੇਮੋਰੇ ਜਾ ਕੇ ਦੋਗ ਗੱਲਾਂ ਤੁਹਾਨੂੰ ਸਾਂਝੀਆਂ ਹੋਰ ਕਰਨੀਆਂ ਹਨਾ ਸੇ ਹਣਾ ਹਣਾ ਕੀ ਹਣਾ ਹਣਾ ਲਈਓ ਤੂੰ ਤੇ ਆ ਜਾ ਫੇ ਫੋਟੋਆਂ ਦੋ ਰਹਿ ਗਈਆਂ ਫਿਰ ਕਰਦੇ ਆ ਗੱਲਾਂ ਬਾਤਾਂ ਤੇ ਤੁਹਾਡੇ ਨਾਲ ਇੱਕ ਸ਼ਿਕਵਾ ਇੱਕੋ ਹੀ ਆ ਦੇਖੋ ਬਾਈ ਜੀ ਮੇਰੀਆਂ ਵੀਡੀਓ ਬਹੁਤ ਚੱਲਦੀਆਂ ਆ ਟਵਿੱਟਰ ਤੇ ਵੀ ਆਪਣੇ ਫੋਲੋਅਰ ਹੋ ਚੱਲੇ 50 ਹਜ਼ਾਰ ਇੰਸਟਾਗ੍ਰam ਤੇ ਵੀ ਹੋ ਹਨਾ ਟਿਕਟੋਕ ਤੇ ਵੀ ਲੱਖ ਹੋ ਚੱਲਾ ਸਾਰੇ ਪਾਸੇ ਵਧੀਆ ਚੱਲਦਾ ਸਾਰਾ ਕੁਝ ਹਨਾ ਤੁਹਾਡਾ ਪਿਆਰ ਆ ਦੇਖੋ ਆ ਮੇਰੀਆਂ ਡੇਲੀ ਦੀਆਂ ਵੀਡੀਓ ਆ ਕੱਲ ਪਾਈ ਸੀ ਹਨਾ ਆਮ ਆਦਮੀ ਨੇ ਧੱਕਾ ਕੀਤਾ ਸਵਾ 4 ਲੱਖ ਵਿਊ 4 ਲੱਖ ਮਤਲਬ ਇਹ ਮਿਲੀਅਨ ਨਹੀਂ ਹੁੰਨੀਆਂ ਸਾਰੀਆਂ 1-2 ਦਿਨ ਚ ਇਹਨਾਂ ਦੇ 5-5 ਲੱਖ ਵਿਊ ਹੋ ਗਏ ਦੇਖ ਸਕਦੇ ਹਨਾ 2 ਲੱਖ ਉਹ ਜਿਹੜਾ ਮੈਂ ਦੱਸਿਆ ਸੀ ਪੰਜਾਬੀ ਕੁੜੀ ਗਈ ਆ ਉਹਦੇ 6 ਲੱਖ ਵਿਊ ਹੋ ਚੱਲੇ ਥੈਂਕ ਯੂ ਸਭ ਦਾ ਬਹੁਤ ਬਹੁਤ ਧੰਨਵਾਦ ਹਨਾ ਦੇਖ ਸਕਦੇ ਆ ਤੇ ਇੱਕੋ ਹੀ ਆ ਭਰਾ ਉਹ ਸ਼ਿਕਵਾ ਵੀ ਹਨਾ ਕਿ ਯੁੰਨੀਆਂ ਤਾਂ ਕਲਿੱਕਾਂ ਨਹੀਂ ਹੁੰਨੀਆਂ ਜਿੰਨੀਆਂ ਮੈਨੂੰ ਮੋਦੀ ਦੀਆਂ ਭੇਡਾਂ ਗਾਲਾਂ ਭੇਜ ਦਿੰਨੀਆਂ ਮੈਸੇਜਾਂ ਜਾਂ ਕਮੈਂਟਾਂ ਤੇ ਵਿਊ ਆਪਣੇ 10-10 ਲੱਖ ਤੇ ਕਲਿੱਕ 1000 ਵੀ ਨਹੀਂ 1.04 ਦਾ ਭਾਵ ਹਜ਼ਾਰ ਹੈ ਨਾ ਮਤਲਬ ਤੁਸੀਂ ਦੇਖ ਲਓ ਭਈ ਰੇਸ਼ੋ ਬਹੁਤ ਜ਼ਿਆਦਾ 1% ਵੀ ਨਹੀਂ ਹੋਣੀ ਤੇ ਹੁਣ ਗੱਲ ਕਰਦੇ ਆ ਇੱਧਰ ਆ ਜਾਓ ਇੱਕ ਸਵਾਲ ਮੈਂ ਜਿਹੜਾ ਸ਼ੁਰੂ ਚ ਪੁੱਛਣਾ ਸੀ ਭੁੱਲ ਗਿਆ ਦੋਗ ਸਵਾਲ ਆ ਜਿਆਦਾ ਲੰਬੀ ਨਹੀਂ ਕਰਦਾ ਵੀਡੀਓ ਤੇ ਆਪਾਂ ਕਹਿੰਦੇ ਆ ਬੰਦਾ ਬਾਂਦਰ ਤੋਂ ਬਣਿਆ ਤੇ ਹੁਣ ਕਿਉਂ ਨਹੀਂ ਹੋ ਹੋ ਰਿਹਾ ਇਹ ਇਵੋਲਿ ਕੀ ਹੁੰਦੀ ਐ ਐਵੋਲੂਸ਼ਨ ਵਾਟ ਐਵਰ ਹੁਣ ਕਿਉਂ ਨਹੀਂ ਹੋ ਰਿਹਾ ਹੈ ਹਨਾ ਚਲੋ ਮਿਲੀ ਇਹਨਾਂ ਬਿਲੀਅਨਾਂ ਸਾਲਾਂ ਚ ਬਣਿਆ ਜਿਹੜੇ ਹੁਣ ਆਲੇ ਮੈਨੂੰ ਕਈ ਬਹੁਤ ਜ਼ਿਆਦਾ ਸਵਾਲ ਮੈਨੂੰ ਤੰਗ ਕਰਦੇ ਰਹਿੰਦੇ ਹਨਾ ਜਿਹੜਾ ਮੈਂ ਮੇਨ ਸਵਾਲ ਪੁੱਛਣਾ ਸੀ ਮੰਨ ਲਓ ਮੈਂ ਪਿੰਡ ਜਾਵਾਂ ਮੇਰੇ ਮਾਤਾ ਕਾ ਬੇਬੀ ਪੁੱਤੋ ਮੱਟੀ ਤੇ ਜਾ ਕੇ ਆ ਲੈ ਦੁੱਧ ਦੀ ਚਪਾਤਾ ਪਾਣੀ ਇਹੋ ਵੀ ਤਿਆਰ ਕੱਚੀ ਲੱਸੀ ਜਾਂ ਮੱਥਾ ਟੇਕਿਆ ਮੈਂ ਛੋਟਾ ਹੁੰਦਾ ਜਾਂਦਾ ਰਿਹਾ ਇਹ ਤੋਂ ਮਨ ਕਰ ਨਹੀਂ ਹੋ ਸਕਦਾ ਪਰ ਹੁਣ ਮੈਂ ਜਾ ਕੇ ਨਾ ਉੱਕਰ ਕਰੂੰਗਾ ਵੀ ਬਾਈ ਮੈਂ ਨਹੀਂ ਉਸ ਮਟੀ ਤੇ ਹਨਾ ਜਾਣਾ ਤੇ ਨਾ ਮੈਂ ਉੱਥੇ ਦੁੱਧ ਦਾ ਛਿੱਟਾ ਦੇਣਾ ਤੇ ਨਾ ਮੈਂ ਉਹਨੂੰ ਧੋਣਾ ਆ ਦੁੱਧ ਚ ਜਿਹੜੀ ਕੱਚੀ ਲੱਸੀ ਸਭ ਨੂੰ ਪਤਾ ਆਪਣੇ ਪਿੰਡਾਂ ਚ ਕਰਦੇ ਆ ਹਨਾ ਸੋ ਇਹਦਾ ਭਾਵੇਂ ਇਹ ਤਾਂ ਹੈ ਨਹੀਂਗਾ ਵੀ ਹੁਣ ਮੈਨੂੰ ਆਪਣੀ ਮਾਂ ਨਾਲੋਂ ਜ਼ਿਆਦਾ ਅਕਲ ਆ ਗਈ ਆ ਜਾਂ ਮੈਂ ਬਾਲਾ ਹੀ ਸਿਆਣਾ ਹੋ ਗਿਆ ਤੁਹਾਨੂੰ ਮੈਂ ਪੁੱਛਣਾ ਚਾਹਨਾ ਵੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਆ ਹਨਾ ਸੋ ਇੱਕ ਸਵਾਲ ਮੇਰੇ ਮਨ ਚ ਉੱਪ ਜਿਆ ਮੈਂ ਕਹਿੰਦਾ ਚਲੋ ਤੁਸੀਂ ਬਹੁਤ ਸਿਆਣੇ ਲੋਕ ਆਪਣੀਆਂ ਵੀਡੀਓ ਸੁਣਦੇ ਆ ਹਨਾ ਸੋ ਆਪਾਂ ਜਿਹੜੇ ਮਤਲਬ ਜਿਹੜੇ ਢਿੱਡਾਂ ਜੋ ਆਪਾਂ ਨਿਕਲੇ ਆ ਉਹਨਾਂ ਨਾਲ ਵਾਧਾ ਕਲ ਮੰਨਦੇ ਤਾਂ ਆਪਾਂ ਹੋ ਨਹੀਂ ਸਕਦੇ ਹਨਾ ਸੋ ਬਹੁਤ ਇਦਾਂ ਦੇ ਸਵਾਲ ਆ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਿਆ ਕਰਾਂਗਾ ਪਰ ਉਹੀ ਗੱਲ ਆ ਹੁਣ ਮਤਲਬ ਜੇ ਮੇਰੀ ਮਾਤਾ ਕਿਤੇ ਜਾ ਕੇ ਮੱਥੇ ਰਗੜਦੀ ਕਿਸੇ ਬਾਬੇ ਦੇ ਪਖੰਡੀ ਦੇ ਜਿਹੜਾ ਐਂ ਕਰਦਾ ਫਿਰ ਉਹ ਵੀ ਬਹਿਮ ਭਰਮ ਦਾ ਸ਼ਿਕਾਰ ਆ ਹਨਾ ਸੋ ਇਹ ਹੀ ਸਵਾਲ ਆ ਲਿਆ ਵੀ ਦੁਨੀਆ 'ਚ 200 ਤੋਂ ਵੱਧ ਦੇਸ਼ ਆ ਸਾਰੇ ਬਾਬੇ ਜਿਨ੍ਹਾਂ 'ਚ ਪੌਣ ਆਉਂਦੀ ਆ ਜਾਂ ਹਵਾ ਆਉਂਦੀ ਆ ਕੁਛ ਵੀ ਆਉਂਦਾ ਉਹ ਇੰਡੀਆ 'ਚ ਹੀ ਕਾਤੇ ਆਉਂਦੇ ਆ ਬਾਕੀ ਇੰਡੀਆ ਤੋਂ ਬਾਹਰ ਹੁਣ ਕੈਨੇਡਾ ਲਾ ਲੋ ਇੱਥੇ ਆਪਾਂ ਤਾਂ ਕਦੀ ਦੇਖਿਆ ਨਹੀਂ ਇੱਥੇ ਐਸੇ ਦਿਨ ਪੌਣ ਆਉਂਦੀ ਐਸੇ ਦਿਨ ਆਉਂਦਾ ਹਨਾ ਸੋ ਕਰਾਂਗੇ ਸਵਾਲ ਸੰਜੇ ਹਨਾ ਵੀਡੀਓ ਜਿਆਦਾ ਲੰਬੀ ਹੋ ਜਾਣੀ ਖੁੱਲਾ ਟਾਈਮ ਲੈ ਕੇ ਫਿਰ ਤੁਹਾਡੇ ਤੋਂ ਸਾਰਿਆਂ ਤੋਂ ਪੁੱਛਾਂਗੇ ਵੀ ਕੀ ਤੁਸੀਂ ਕੀ ਸੋਚਦੇ ਆ ਇਹਦੇ ਬਾਰੇ ਹਨਾ ਵੀ ਚਲੋ ਜੇ ਤੁਸੀਂ ਕਿਸੇ ਜਿਹੜੇ ਮੈਨੂੰ ਸੁਣਦੇ ਆ ਚਲੋ ਮੰਨਦੇ ਆ ਤੁਸੀਂ ਕਿਸੇ ਵੀ ਬਾਬੇ ਨੂੰ ਪੀਰ ਨੂੰ ਤੁਹਾਡੀ ਸ਼ਰਤ ਆ ਆਪਾਂ ਨਹੀਂ ਕਿੰਤੂ ਪ੍ਰੰਤੂ ਕਰਦੇ ਪਰ ਸਵਾਲ ਇਹ ਉਪਜਦਾ ਵੀ 200 ਦੇਸ਼ ਬਾਕੀ ਉੱਥੇ ਗਾਦੇ ਨਹੀਂ ਆਉਂਦੇ ਮੇਨ ਸਵਾਲ ਇਹ ਆ ਮੇਰਾ ਸੋ ਆਪਣੇ ਆਪਾਂ ਤੁਸੀਂ ਜਦੋਂ ਰੋਡ ਤੇ ਜਾਂਦੇ ਜੀਟੀ ਰੋਡ ਤੇ ਦਿੱਲੀ ਨੂੰ ਹਨਾ ਸੋ ਆਪਾਂ ਦੇਖਿਆ ਹੁਣ ਹਨਾ ਕਈ ਉਹ ਮਤਲਬ ਧਾਰਮਿਕ ਕਿਸੇ ਵੀ ਧਰਮ ਦੇ ਲਾ ਲੋ ਧਾਰਮਿਕ ਸਥਾਨ ਥਾਂ ਥਾਂ ਤੇ ਬਣਾਏ ਹੋਏ ਆ ਹੁਣ ਆਪਣਾ ਕੈਨੇਡਾ ਦਾ ਆਪਾਂ ਗਏ ਸੀਗੇ ਟ੍ਰਾਂਟੋ ਨੂੰ ਗਏ ਇੱਥੋਂ ਸਰੀ ਤੋਂ ਦੂਜੇ ਸਿਰੇ ਨੂੰ ਹਨਾ ਹਜ਼ਾਰਾਂ ਕਿਲੋਮੀਟਰ ਸਾਨੂੰ ਉੱਥੇ ਤਾਂ ਕੋਈ ਦਿਸਿਆ ਹੀ ਨਹੀਂ ਕੋਈ ਧਾਰਮਿਕ ਜਗ੍ਹਾ ਬ ਇਹਦਾ ਰੀਜ਼ਨ ਕੀ ਆ ਇਹਦਾ ਰੀਜ਼ਨ ਆਪਾਂ ਉਹੀ ਗੱਲ ਆਪਾਂ ਕਿਸੇ ਤੇ ਕਿੰਤੂ ਪ੍ਰਾਂਤੂ ਨਹੀਂ ਕਰਦੇ ਆਪਾਂ ਕੰਪੇਅਰ ਕਰ ਰਹੇ ਆ ਦੂਜੇ ਦੇ ਛ ਨਾਲ ਵੀ ਚੱਕਰ ਕੀ ਆ ਭਈ ਮਤਲਬ ਕਿਉਂ ਆ ਹਨਾ ਤੁਸੀਂ ਵੀ ਸਾਂਝਾ ਕਰਿਓ ਤੇ ਬਾਕੀ ਮਿਲਦੇ ਆਂ ਸ਼ਾਮ ਨੂੰ ਕਰਾਉਨੇ ਆ ਭੇਡਾਂ ਦੀ ਤੇ ਭਰਾਵੋ ਇੱਕੋ ਹੀ ਰਿਕੁਐਸਟ ਆ ਵੀ ਉੰਨੀਆਂ ਤਾਂ ਭਰਾਵੋ ਕਲਿੱਕਾਂ ਨਹੀਂ ਹੁੰਦੀਆਂ ਜਿੰਨੀਆਂ ਗਾਲਾਂ ਪੈ ਜਾਂਦੀਆਂ ਆ ਤੇ ਸ਼ੇਅਰ ਕਰ ਦਿਓ ਜੀ ਬਧੋ ਬਧ ਤੇ ਕਲਿੱਕ ਕਰ ਦਿਓ ਜਿਨ੍ਹਾਂ ਦੇ ਵਾਰਨਿੰਗ ਆਉਂਦੀ ਆ ਪ੍ਰਭੂ ਆਪਣੇ ਫੋਨ ਦੀ ਕੁਕੀਜ਼ ਤੇ ਬ੍ਰਾਊਜ਼ਿੰਗ ਡਾਟਾ ਕਲੀਅਰ ਕਰ ਲਓ ਤੇ ਜੇ ਤਾਂ ਵੀ ਵਾਰਨਿੰਗ ਆਉਂਦੀ ਕਿਸੇ ਹੋਰ ਆਪਣੇ ਕੀ ਕਹਿੰਦੇ ਹੁੰਦੇ ਆ ਕਿਸੇ ਹੋਰ ਉੱਚ ਖੋਲ ਲਿਓ ਸਾਈਟ ਨੂੰ ਹਨਾ ਕਿਸੇ ਹੋਰ ਬ੍ਰਾਊਜ਼ਰ ਚ ਖੋਲ ਲਿਓ ਖੁੱਲ ਜਾਣੀ ਆ ਵੈਬਸਾਈਟ ਠੀਕ ਆ ਤੁਹਾਡੇ ਫੋਨਾਂ ਚ ਹੀ ਥੋੜੀ ਦਿੱਕਤ ਆ ਹਨਾ ਤੁਹਾਡੇ ਫੋਨ ਦਾ ਉਹ ਕਲੀਅਰ ਕਰਨ ਵਾਲਾ ਤੇ ਜਾਂਦੇ ਜਾਂਦੇ ਬਾਈ ਜੀ ਤੇ ਰਿਕੁਐਸਟ ਆ ਜੀ ਕੋਈ ਮੰਨ ਲਿਓ ਮੰਨਣੀ ਤਾਂ ਹਨਾ ਪਰ ਓਹੀ ਗੱਲ ਆ ਵੀਡੀਓ ਆਪਣੀ ਐ 10-10 ਲੱਖ ਦੇਖਦੇ ਤੇ ਕਲਿੱਕਾਂ ਹਜ਼ਾਰ ਵੀ ਨਹੀਂ ਹਿੰਦੀ ਰੇਡੀਓ.ca ਸਪੈਸ਼ਲ ਲੋਕ ਵੀ ਲਵਾਇਆ ਹੋਇਆ ਆ ਦੇਖ ਸਕਦੇ ਆ ਡੋਨੇਸ਼ਨ ਵੀ ਕਰ ਸਕਦੇ ਆ ਤੇ ਕੈਡ ਆਉਣੀ ਆ ਸਿਰੇ ਤੇ ਤੇ ਕੋਣੀ ਆ ਆ ਮੇਰੇ ਸਿਰ ਤੇ ਆ ਕਾਦੀ ਐਡ ਆ ਦਾ ਮੇਡਸ ਪਤਾ ਨਹੀਂ ਕੋਈ ਕਾਰਪੂਰ ਦੀ ਹੋ ਹਨਾ ਇੱਥੇ ਕਲਿੱਕ ਕਰਨਾ ਹਨਾ ਮਤਲਬ ਆਪਣੀ ਕਲੀਨਿੰਗ ਆ ਪਈ ਹਨਾ ਘਰਾਂ ਦੀ ਜਾਂ ਕਾਰਾਂ ਦੀ ਕਲੀਨਿੰਗ ਕਰਾਉਣੀ ਉਹਦੀ ਕੋਈ ਐਡ ਆ ਹਨਾ ਸੋ ਆ ਦੇਖਿਆ ਜੀ ਆਪਾਂ ਸਾਕੋ ਕਾਰ ਹੈਨੀ ਆਪਾਂ ਕੀ ਕਲੀਨ ਕਰਾਉਣੀ ਚਲੋ ਜੀ ਇਹਨਾਂ ਦੇਖ ਕੇ ਬੈਕ ਆ ਜਾਣਾ ਫਿਰ ਦੂਜੀ ਐਡ ਤੇ ਕਲਿੱਕ ਕਰ ਦੇਣਾ ਸੋ ਸਾਰੇ ਕਰ ਦਿਆ ਕਰੋ ਜੀ ਜਿਨ੍ਹਾਂ ਦੇ ਵਾਰਨਿੰਗ ਆਉਂਦੀ ਆ ਫੋਨ ਦਾ ਡਾਟਾ ਕਲੀਅਰ ਕਰ ਲਓ ਤੇ ਕੁਕੀਜ਼ ਕਲੀਅਰ ਕਰ ਲਓ ਓਕੇ ਜੀ ਤੇ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੇ ਜੋ ਪੁੱਛਿਆ ਜੇ ਤੁਹਾਡੇ ਸਵਾਲ ਕੋਈ ਉਪਚਦਾ ਮਨਚ ਦੱਸਿਓ ਸਾਰੇ ਸਤਿ ਸ਼੍ਰੀ ਅਕਾਲ ਗਰਗਨ ਮੋਦੀ ਗਰਗਨ ਮੋਦੀ ਪਠੇ ਪੁੱਠੇ ਚਚਨ ਮੋਦੀ ਐ ਐ ਐ ਐ ਪੇਡਾਂ ਦਾ ਕਾਲੀ 10 ਸਵਾਲ ਮੁੰਡਾ ਡੱਬਿਆਂ ਦਾ ਪੰਡ ਨਰੂਡ ਵਾਲਾ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੇ ਲਿੰਕ ਜ਼ਰੂਰ ਕਲਿੱਕ ਕਰ ਦਿਓ ਮਿਲਦੇ ਆਂ ਸ਼ਾਮ ਨੂੰ ਲਿੰਕ ਕਲਿੱਕ ਕਰ ਦਿਓ ਭਰਾਵੋ ਲਿੰਕ ਕਲਿੱਕ ਕਰ ਦਿਓ ਸ਼ੁਕਰੀਆ ਅਦਿਓਸ